ਕੋੜੇ ਸਾਂ ਦਾ ਬਣਾਉਣਾ, ਕੋੜੇ ਕੀ ਦੱਸ ਆਟਾ ਕੋੜੇ ਕੱਢਣੇ ਆ। ਘਰੋਂ ਵੀ ਬਾਈ ਕੇ ਆਈ ਸਾਂ ਮਾੜੇ ਭੈਣੋ ਤੇ ਮਾੜੇ ਭਰਾਓ, ਪਰ ਪਹੁੰਚੀ ਆਈ ਆ ਮਾਸ਼ਾਅੱਲਾ। ਰਾਹ ਸੋਹਣਾ ਸਾ, ਕਦੇ ਰੇਤ ਨਾ ਆਉਣੀ ਤਾਂ ਮੈਂ ਤੋੜ ਗਈ ਘਰ ਵੀ ਨਹੀਂ ਇੱਛਾ, ਥੋੜਾ ਜਿਹਾ ਰੇਤ ਸੀ ਤਾਂ ਥੋੜੀ ਜਿਹੀ ਮੁਸ਼ਕਲ ਆਈ। ਚਲੋ ਇਹ ਆਇਆ ਖੈਰੀ ਸਲਾਮਤ ਪਹੁੰਚੀ ਆਇਆ। ਚਲੋ ਸ਼ੁਕਰ ਅਲਹਮਦੁਲਿਲਾ ਜੀ, ਮੌਸਮ ਸੋਹਣਾ ਜੀ ਹੈ ਨਾ, ਤਾਂ ਅੱਲਾਹ ਤਾਲਾ ਕਾਮਯਾਬੀਆਂ ਦੇਵੇ ਤੁਸਾਂ ਕੀਤਾ, ਅੱਲਾਹ ਤਾਲਾ ਦੇ ਸਕਦੇ ਖੁਸ਼ੀ। ਅਸਲਾਮ ਵਾਲੇਕੁਮ ਸਲਾਮ। ਫਾਈਨਲੀ ਭੈਣੋ ਤੇ ਭਰਾਓ ਆਈ ਕੇ ਮਾਸਟਰ ਹੋਣੇ ਬਾ ਨਬੀਲ ਨੇ ਬਾ ਸਾਰੀ ਮਹਿਫਲ ਭੈਣੋ ਤੇ ਭਰਾਓ ਲੱਗੀ ਗਈ ਹੈ। ਇੰਨਾ ਹਸਤੀਆਂ ਕਿਤੇ ਭੈਣੋ ਭਰਾਓ ਤੁਸਾਂ ਆਹੋ ਵੀ ਜਾਂਦੇ ਹੋ ਸੋ ਚਾਚੇ ਸਾਡੇ ਵੈਲਕਮ ਸ਼ਾਹ ਜੀ ਰੱਟਾ ਨਬੀਲ ਸਾਹਿਬ ਵੈਲਕਮ ਰੱਟਾ ਅੱਲਾ ਤੁਸੀਂ ਸਲਾਮਤ ਰੱਖਿਆ ਪਾਕਿਸਤਾਨ ਦੀ ਨੁਮਾਇੰਦਗੀ ਕਸ਼ਮੀਰ ਦੀ ਨੁਮਾਇੰਦਗੀ ਕਰੀ ਦਿਓ ਤਾਰਾ ਇਲਾ ਤੱਕਣਾ ਵੀ ਪਾਕਿਸਤਾਨ ਹੀ ਆਦੇ ਜਾਣੀ ਉਹ ਜਿਹੜਾ ਚੰਦ ਕਿਸ ਨਾ ਸਿਰਫ ਸਿਰਫ ਰੋਲਾ ਪਤਾ ਨਹੀਂ ਕਿਸ ਨਾ ਇਸ ਚੰਨੇ ਨੂੰ ਤਾਰੇ ਨੂੰ ਹਾਂ ਵੈਲਕਮ ਟੂ ਹਾਜੀ ਸਾਹਿਬ ਹਾਜੀ ਸਾਹਿਬ ਠੀਕ ਹੋ ਤਾਂ ਤੱਕੀ ਸਕਦੇ ਦਸਤਰਖਾਨ ਸ਼ਾਨ ਸੱਜੀ ਗਿਆ ਖਾਣਾ ਸ਼ਾਣਾ ਹੁਣ ਸਾਰੇ ਯੂਟਿਊਬਰ ਖਾਸਾ ਫਿਰ ਮੈਂ ਸਾਰਿਆਂ ਜੀ ਦੱਸਾਂ ਕਿਉਂਕਿ ਮਹਿਫਲ ਲਈ ਹੈ ਬਹੁਤ ਬੜੀ ਮਹਿਫਲ ਲਈ ਹੋਈ ਹੈ ਬੈਠੋ ਇਹ ਪਲੇਟਾਂ ਐਕਸਚੇਂਜ ਕਰੀ ਕੇ ਨਬੀਲ ਸਾਹਿਬ ਬੈਠੋ ਹੁਣ ਖਾਣਾ ਛਾਣਾ ਖਾਣੇ ਨਾਲ ਨਾਲ ਸੁਣੀ ਦੱਸਣੇ ਆ ਸਾਰੇ ਕਿਸਾਂ ਆ ਬਹਿ ਗਏ ਖਾਣਾ ਛਾਣਾ ਇੰਜੋਏ ਕਰੋ ਹਾਂਜੀ ਸਾਹਿਬ ਨਹੀਂ ਪੁੱਛ ਆਖਿਆ ਨਹੀਂ ਕਿ ਬਹੁਤ ਨਾਲ ਬਾਰਵਾਂ ਖਿਲਾੜੀ ਆ ਬਾਰਵਾਂ ਖਿਲਾੜੀ ਭੈਣ ਭਰਾ ਹਮੇਸ਼ਾ ਜਿਹੜਾ ਜਿਹੜਾ ਆਉਣਾ ਹੈ ਨਾ ਉਹ ਬਾਹਰ ਹੀ ਹੋਣੀ ਇਸ ਵਾਰ ਜਾਣਾ ਅਸਾਂ ਅਸਾਂ ਵੱਧ ਹੀ ਖੇਡ ਸਾਂ ਤੁਸਾਂ ਖੇਡੀ ਕਿ ਨਾ ਖਾਈ ਕਿ ਨਾ
ਕਿਉਂਕਿ ਅੱਜ ਸਾਹਿਬ ਤੁਸੀਂ ਜ਼ਿਆਦਾ ਭੁੱਖ ਲੱਗੀ ਸੀ ਤਾਂ ਉੱਧਰ ਸ਼ਾਹ ਹੋਰਾਂ ਕੀ ਤਾਂ ਨਬੀਲ ਸਾਹਿਬ ਕੀ ਜ਼ਿਆਦਾ ਭੁੱਖ ਲੱਗੀ ਸੀ ਨਬੀਲ ਖਾਲੀ ਪਲੇਟ ਤੁਸਾਂ ਕਿਹਨੂੰ ਖਾਣੇ ਮੈਂ ਤਾਂ ਤੂੰ ਆਉਣੇ ਬਾਰਵੇਂ ਖਿਲਾੜੀ ਹਾਂ ਅਸਾਂ ਬਾਰਵੇਂ ਖਿਲਾੜੀ ਹਾਂ ਅਸਾਂ ਉਸਦਾ ਖੇਡ ਸਾਂ ਜਿਹੜਾ ਬਕਾਇਆ ਸਾਰੀ ਖੇਡੀ ਰਹੀ ਸਰ ਕਿਹੜੀ ਕਾਰ ਲੱਗੇ ਦੱਸ ਚਲੋ ਭੈਣ ਭਰਾ ਖਾਣਾ ਚਾਹਣਾ ਇੰਜੋਏ ਕਰ ਲੈਂਦੇ ਵੀਡੀਓ ਮੈਂ ਬਣਾਉਣਾ ਪਿਆ ਹੁੰਦਾ ਹੈ ਸਾਰੇ ਜਿਹੜਾ ਨਾ ਬਣਿਆ ਹੁਣ ਯੂਟਿਊਬ ਚੈਨਲ ਸਬਸਕ੍ਰਾਈਬ ਕਰੀਏ ਕੁਕਿੰਗ ਵਿਦ ਐਪ ਇਹ ਹੈ ਗੱਲ ਵੀਰ ਸਾਹਿਬ ਕਿਆ ਮੈਸੇਜ ਮੈਸੇਜ ਸਰ ਅੱਖਾਂ ਹੀ ਕਿੰਨੇ ਦਿਨ ਸੁਭਾ ਦੇਣੇ ਖਾਣਾ ਜ਼ਰਾ ਟੇਸਟ ਕਰੋ ਆਖਿਰਕਾਰ ਭੈਣ ਹੁੰਦਾ ਪ੍ਰੋ ਮੈਂ ਵੀ ਖਾਣਾ ਛਾਣਾ ਪਾਈ ਕਿੰਨਾ ਆ ਤਾਂ ਹੁਣ ਮੈਂ ਟਰਾਈ ਕਰਨਾ ਆ ਕਿ ਕੈਸਾ ਬਣਦਾ ਆਂਟੀ ਹੋਰਾਂ ਨੇ ਇਹ ਜਿਹੜਾ ਵੀਡੀਓ ਬਣਾਈ ਗਿਆ ਮੈਂ ਆਂਟੀ ਹੋਰਾਂ ਨੇ ਖਾਣਾ ਬਣਾਈ ਗਿਆ ਤਾਂ ਚੈੱਕ ਕਰਨੇ ਆ ਕੈਸਾ ਮਾਸ਼ਾ ਅੱਲਾ ਆਂਟੀ ਹੋਰਾਂ ਨੇ ਚਾਵਲ ਬਣਾਏ ਵੈਰੀ ਨਾਈਸ ਹਾਜੀ ਸਾਹਿਬ ਵੈਰੀ ਨਾਈਸ ਅੱਗੇ ਮੈਂ ਚਮਚ ਖਲਾਈ ਖਲਾਈ ਸੀ ਨਾ ਉਸ ਤਾਂ ਬਿਸਮਿਲਾ ਨਹੀਂ ਪੜੀ ਹੈ ਕਿਆ ਵਜ੍ਹਾ ਹੁਣ ਬਿਸਮਿਲਾ ਪੜੀ ਬਿਸਮਿਲਾ ਮੈਂ ਭੈਣ ਉੱਪਰੋਂ ਪੜੀ ਸੀ ਲੇਕਿਨ ਅੱਜ ਉਹਨਾਂ ਨੇ ਕੰਨਾਂ ਵਾਲ ਨਹੀਂ ਪਿਆ ਕਿਉਂਕਿ ਬੋਟੀ ਮੂੰਹ 'ਚ ਬਾਈ ਸਿੰਘ ਨੇ ਕੰਨਾਂ ਦਾ ਰੂੰਜ ਰਹਿੰਦਾ ਬੰਦ ਹੋਈ ਸੀ ਬਾਸ ਇਸ ਵਜ੍ਹਾ ਨਾਲ ਉਹਨੇ ਖਾਣਾ ਖਾਣੀ ਆ ਤਾਂ ਮਲੇਸ਼ ਰਹਿੰਦੇ ਸੀ ਹਾਂ ਫਾਈਨਲੀ ਭੈਣ ਉਹਦਾ ਪ੍ਰੋ ਆਈ ਗਿਆ ਕਸਟਰ ਮਾਸ਼ਾ ਅੱਲਾ ਹਾਲਾ ਬੜਾ ਸੋਹਣੇ ਅੰਦਾਜ਼ ਨਾਲ ਸਜਾਈ ਤਾਂ ਭੇਜਿਆ ਇੱਕ ਯਕੀਨ ਕਰੋ ਭੈਣ ਉਹਦਾ ਪ੍ਰੋ ਡਿਮਾਂਡ ਬੈਠੇ ਹੋਇਆ ਜੀ ਉਹ ਮਿੰਟ ਨਹੀਂ ਲੱਗਣਾ ਕੈਮਰਾਨ ਮਿੰਟ ਨਹੀਂ ਲੱਗਣਾ ਕੈਮਰਾਨ ਦੋ ਚਮਚਾਂ ਲੈ ਮਾੜੀਆਂ ਸੀ ਤਾਂ ਕਿਸੇ ਨੂੰ ਕੈਮਰਾਨ ਫਿਰ ਬੰਦ ਕਰਨਾ ਪੈਣਾ ਖਾਣਾ ਕੋਈ ਸਾਰੇ ਖਾਣੇ ਪਏ ਕੋਈ ਬੰਦਾ ਕੈਮਰਾਨ ਨਹੀਂ ਕਰਨਾ ਪਿਆ ਇਸ ਅੱਜ ਹੀ ਨਹੀਂ ਲਾਵਾ ਅੱਜ ਜੀ ਗੱਲ ਮੇਰੀ ਸੁਣੋ ਸਾਰਾ ਕਿਸਟਰ ਖਾਈ ਚੁੱਕਾ ਨੇ ਜਲੀ ਮਾਰਦੇ ਰਹੇ ਯਕੀਨ ਕਰ ਇਹ ਤਾਂ ਤੁਹਾਡੀ ਗੱਲਾਂ ਨਾ ਸੋ ਸਾਰਾ ਖਾਈ ਕੋਈ ਤਾਂ ਯਕੀਨ ਕਰੋ ਇਹ ਜਾਤੀ ਹੈ ਜੀ ਅੱਜ ਕੇ ਨਕੜੀ ਜਾਂਦੇ ਤੂੰ ਛੋੜਨਾ ਹੀ ਨਹੀਂ ਤੇ ਸੁੱਕਾ ਖੂਹ ਹੈ ਨਾ ਤੂੰ ਪਾਣੀ ਕੱਢੀ ਜਾਂਦੇ ਤੇ ਟਾਲੀ ਤਾਂ ਕਿੰਨਾ ਪਹਿਲੇ ਫਿਰ ਬਾਇਆ ਨਾ ਤਾਰੀ ਪਤ ਅੰਦਰ ਚਲੋ ਕੋਈ ਮਸਲਾ ਨਹੀਂ ਹੈ ਫਿਰ ਅਸਾਂ ਹੁਣ ਇੰਗਲਿਸ਼ ਥੋੜੇ ਬੋਲਨੇ ਆ ਅਸਾਂ ਪਾਕਿਸਤਾਨੀ ਆ ਅਸਾਂ ਕੀ ਤਾਂ ਹੁਣ ਨਹੀਂ ਜੋ ਕੁਝ ਅਚਣਾ ਪੜੀਆਂ ਕੁੜੀਆਂ ਜੇ ਇਸੇ ਮਾਰੇ ਅਸਾਂ ਇਹ ਪੜੀ ਵੀ ਕੁੜੀ ਰੱਖੀ ਵੀ ਹੈ ਜਿਹੜਾ ਮਾੜਾ ਕੈਮਰਾ ਮੈਨ ਹੈ ਨਾ ਉਹ ਹਰ ਚੀਜ਼ ਜਾਣਨਾ ਜਿਹੜੀ ਕੋਈ ਗੱਲ ਹੋਵੇ ਫਿਰ ਬਾਈ ਚੋਣੀ ਐ ਤੂੰ ਤੱਕੀ ਕਿੰਨੇ ਅੱਲਾ ਜ਼ਿੰਦਗੀ ਕਰੇ ਸੋਹਣਾ ਸਭ ਕੁਝ ਮਾੜੀ ਬਣਾਈ ਸੋਹਣਾ ਬੱਕਰੇ ਨਾਲ ਗੋਸ਼ਤ ਬਣਾਇਆ ਬਸ ਅਸ ਚੂਜ਼ਾ ਵੀ ਬਣਾਇਆ ਬਸ ਅਸ ਚਾਵਲ ਤੁਸਾਂ ਕੀ ਪਤਾ ਬਿਲਕੁਲ ਸਹੀ ਜਿਵੇਂ ਇੰਗਲੈਂਡ ਵਾਲੇ ਪਕਾਉਣੇ ਨੇ ਬਿਲਕੁਲ ਸੂਏ ਸੂਏ
ਸੋਹਣੇ ਚਾਵਲ ਪੱਕੇ ਹੋਏ ਸਨ। ਬੜੀ ਸਾਦੀਆਂ ਲੀਮਾਂ ਜਿਹੜੀਆਂ ਨਾ ਉਹ ਜ਼ਿਆਦਾ ਸੂਏ ਚਾਵਲ ਪਸੰਦ ਕਰਨੀਆਂ। ਇੱਕ ਦਾੜੇ ਉਹਨਾਂ ਕੋਲ ਚਿੱਟੇ ਬਣੇਗੇ ਅਤੇ ਆਣੀ ਅੰਮੀ ਸਭ ਕੋਲ ਨਹੀਂ ਵੀ ਮਾਣਾ ਕਿ ਜਿੱਥੇ ਰੱਖੀ ਛੋੜੇ ਨੇ ਦੋਹਰੀ ਵਾਰੀ ਬਣਾਏ। ਮੈਂ ਮਾੜੀ ਧੀਏ ਸਵਾਦ ਤਾਂ ਹੋਣਾ ਉਸਨੇ ਕਾਰੋਬਾਰ ਹੈ ਅਤੇ ਤੁਸੀਂ ਜਲਦੀ ਜਲਦੀ ਮਾੜੀ ਭਣਾਈ ਨੇ ਚੈਨਲ ਪਰ ਸਬਸਕ੍ਰਾਈਬ ਵੀ ਕਰਨਾ। ਇੱਥੇ ਆਈਏ ਮਾਸ਼ਾਅੱਲਾ ਉਸਨੇ ਫੈਲੋ ਤੁਸੀਂ ਜਿਹੜੇ ਬਣਾਏ ਹੋਏ ਨੇ ਨਾ ਟੱਲੀਆਂ ਮਾਰੀ ਮਾਰੀ ਵੱਧੀ ਜਾਣਾ ਤਾਂ ਜਲਦੀ ਜਲਦੀ ਤੁਸੀਂ ਟੱਲੀ ਵੀ ਮਾਰਨੀ ਅਤੇ ਜਲਦੀ ਜਲਦੀ ਸਬਸਕ੍ਰਾਈਬ ਵੀ ਕਰਨਾ ਮਾੜੀ ਭਣਾਈ ਨੇ ਚੈਨਲ ਕੀ। ਅਤੇ ਅੱਲਾ ਕਾਮਯਾਬ ਦੇ ਉਸਤੇ ਅੱਲ ਇਹ ਨਾ ਆਖੇ ਜੇ ਪਾਕਿਸਤਾਨ ਆਈ ਸੰ ਕੁਝ ਖੜਿਆ ਨਹੀਂ ਹੈ। ਇੱਥੋਂ ਸਭ ਕੁਝ ਕਿਣੀ ਜਾਏ ਤਾਂ ਪਤਾ ਲੱਗਾ ਜਾ ਪਾਕਿਸਤਾਨ ਨੂੰ ਸਭ ਕੁਝ ਕਿਣੀ ਕੇ ਆਈਆਂ। ਅਤੇ ਅੱਲਾ ਉਸਨੇ ਕਾਰੋਬਾਰ 'ਚ ਬਰਕਤਾਂ ਪਾਏ ਅਤੇ ਅੱਲਾ ਤਾਲਾ ਉਸਨੇ ਦੇ ਸਾਰੀਆਂ ਉਸਕੀ ਖੁਸ਼ੀਆਂ ਦੇਵੇ ਅੱਲਾ ਤਾਲਾ ਅਤੇ ਅੱਲਾ ਉਸਨੀਆਂ ਧੀਆਂ ਕੀ ਕਾਮਯਾਬੀ ਦੇਵੇ ਅਤੇ ਅੱਲਾ ਉਸਕੀ ਜਿਤਨੀਆਂ ਉਸਨੇ ਦਿਲਾਂ ਦੀ ਖੁਆਇਸ਼ ਹੈ ਅੱਲਾ ਤਾਲਾ ਪੂਰੀ ਕਰੇ ਸਾਰੀ। ਹਾਂਜੀ ਮਾੜੀਓ ਭੈਣੋ ਅਤੇ ਮਾੜੀਓ ਭਣੇਈਓ ਅਤੇ ਮਾੜੇ ਪਿਆਰੇ ਪਿਆਰੇ ਭਣੇਓ ਤੱਕੀ ਸਕਦੇ ਹੋ। ਅਸਾਂ ਹੁਣ ਖਾਣਾ ਵੀ ਖਾਈ ਰਹੇ ਹਾਂ, ਕਸਟਰ ਵੀ ਭੈਣ ਪਤਾ ਨਹੀਂ ਮੁਰਗੇ ਨਾ ਪਤਾ ਨਹੀਂ ਕਿਸਮ ਨਾ ਬੱਕਰੇ ਨਾ ਪਤਾ ਨਹੀਂ ਕਹਿ ਕਿਆ ਤਿਆਰ ਕਰੀ ਕੇ ਰੱਖਿਆ ਵਾ ਸਸ। ਹੁਣ ਬੰਦਾ ਇਹ ਕਿਹੜੀ ਕਿਹੜੀ ਚੀਜ਼ ਖਾਏ ਪੇਟ ਨੂੰ ਇਤਨੇ ਇਤਨੇ ਅਤੇ ਨਾਲ ਦਵਾਈਆਂ ਖਾਈ ਖਾਈ ਕੇ ਜਿਹੜੇ ਦਿਲ ਨੇ ਉਹ ਬੱਲੂ ਇਤਨੇ ਇਤਨੇ ਹੋਏ ਹੋਏ ਨੇ ਅਤੇ ਚੀਜ਼ਾਂ ਪੈਣ ਨਹੀਂ ਆਡੀਆਂ ਸਾਰੀਆਂ। ਅਤੇ ਜਿਹੜੇ ਮਾੜੀ ਭੈਣ ਨੇ ਆਏ ਮਹਿਮਾਨ ਅੱਲਾ ਜ਼ਿੰਦਗੀ ਕਰੇ ਜਿਹੜੇ ਭਣੇਈਆਂ ਭਣੇ ਆਏ ਨੇ ਸਮਿਲਨੇ ਵਾਸਤੇ ਕਿਸਮ ਨਾਲ ਯੂਟਿਊਬਰ ਉਹ ਆਏ ਕਿਸਮ ਨਾਲ ਕਿਤੇ ਗਿਫਟ ਘਿਲੀ ਕੇ ਐ ਤੱਕੀ ਸਕਦੇ ਹੋ ਸਾਰਿਆਂ ਨੇ। ਕਿਸੇ ਨੇ ਮਠਿਆਈ ਹੈ, ਕਿਸੇ ਨੇ ਕੇਕ ਹੈ ਅਤੇ ਅੱਲਾ ਤਾਲਾ ਜ਼ਿੰਦਗੀ ਕਰੇ। ਮੈਂ ਇਸੇ ਮਾਰੇ ਕੇਕ ਨਹੀਂ ਆਉਂਦਾ, ਮੈਨੂੰ ਪਤਾ ਹੈ ਮੁੜੇ ਜਿਹੜੇ ਨੇ ਨਾ ਉਹ ਹਮੇਸ਼ਾ ਕੇਕ ਲਾਜ਼ਮੀ ਆਉਂਦੇ ਨੇ। ਮੈਂ ਇਸੇ ਮਾਰੇ ਆਪਣੀ ਚੀਜ਼ ਡਿਫਰੈਂਟ ਆਉਂਦੀ ਲੇਕਿਨ ਜਿਹੜੀ ਵੀ ਚਲੋ ਥੋੜ੍ਹੇ ਜਿਹੇ ਦਿਹਾੜੇ ਉਹ ਵੀ ਥੋੜ੍ਹੇ ਜਿਹੇ ਦਿਹਾੜੇ ਤਾਂ ਨਹੀਂ ਰਹੀ ਸਭ ਚਲੋ ਹੋ ਹੀ ਜਾਣੀਏ। ਅਤੇ ਚਲੋ ਉਹ ਜਿਹੜਾ ਨਾ ਖਾਣ ਜਾਣਾ ਇਹ ਚੀਜ਼ਾਂ ਜਿਹੜੀਆਂ ਨੇ ਅਤੇ ਇਹ ਤਾਂ ਮਾੜੇ ਭਣੇ ਅੱਲਾ ਜ਼ਿੰਦਗੀ ਕੇ ਜਿਹੜੇ ਵੀਡੀਓ ਬਣਾਉਣੇ ਵਾਲੇ ਨੇ ਮਾੜੇ ਭਣੇ ਉਹਨਾਂ ਨਾਲ ਤਾਂ ਰਿਕਾਰਡ ਹੈ। ਨਿੱਕੀ ਜਿਹੀ ਗੱਲ ਹੋਣੀ ਹੈ ਤਾਂ ਪਹਿਲੇ ਕੇਕ ਲਾਜ਼ਮੀ ਆਉਂਦੇ ਨੇ। ਅਤੇ ਅੱਲਾ ਜ਼ਿੰਦਗੀ ਕਰੇ ਮਾੜੀ ਭੈਣ ਨੇ ਚੈਨਲ ਕੀ ਅੱਲਾ ਤਾਲਾ ਕਾਮਯਾਬੀ ਦੇਵੇ ਅਤੇ ਅੱਲਾ ਤਾਲਾ ਇਸਕੀ ਢੇਰ ਸਾਰੀਆਂ ਖੁਸ਼ੀਆਂ ਦੇਵੇ। ਅਤੇ ਤੁਸਾਂ ਕਿ ਮਾੜੀ ਭੈਣ ਨੇ ਚੈਨਲ ਨਾ ਪਤਾ ਵੀ ਹੈ ਨਾ ਵੀ ਪਤਾ ਤੁਸਾਂ ਕਿ ਹੁਣ ਸਾਰੇ ਵੀਡੀਓ ਹਰ ਵੀਡੀਓ ਵਿੱਚ ਪਾਇਆ ਅਤੇ ਤੁਸੀਂ ਉਸਕੀ ਸਬਸਕ੍ਰਾਈਬ ਵੀ ਕਰਨਾ ਫੈਲੋ ਵੀ ਕਰਨਾ ਅਤੇ ਟੱਲੀ ਮਾਰਨਾ ਨਾਲ ਲਾਜ਼ਮੀ ਇਹਨੂੰ ਭੁੱਲਣਾ। ਜਕੀਆਂ ਹੁਣ ਇਸਨੇ ਦੋ ਦਿਹਾੜੇ ਰਹੀ ਗਏ ਨੇ ਅਤੇ ਜਲਦੀ ਜਲਦੀ ਜਿਹੜੇ ਹੋਰ ਵੀ ਚੈਨਲ ਬਣਾਉਣੇ ਨੇ ਜਾਂ ਕਰਨੇ ਨੇ ਕਿਸੇ ਨੇ ਸਬਸਕ੍ਰਾਈਬ ਵਧਾਉਣੇ ਆਉਣੇ ਨੇ ਜਿਹੜੇ ਨਵੇਂ ਆਏ ਨੇ ਮਾੜੇ ਭੈਣਾਂ ਆਪਣੇ ਚੈਨਲ ਪਰ ਤਾਂ ਲਾਜ਼ਮੀ ਤੁਸੀਂ ਸਬਸਕ੍ਰਾਈਬ ਕਰਨਾ ਠੀਕ ਹੈ ਜਾਏ। ਇਸ ਨਾਲ ਚੈਨਲ ਵਧਣਾ ਚਾਹੀਦਾ। ਬਿਸਮਿਲ੍ਲਾਹ ਠੀਕ ਹੈ ਬਿਲਕੁਲ ਜੀ ਸਾਰੇ ਸਬਸਕ੍ਰਾਈਬ ਕਰੋ ਫਾਲੋ ਵੀ ਕਰੋ। ਤਾਂ ਕਸਟਰਡ ਕਿਹੜੇ ਬੰਦੇ ਬਣਾਇਆ ਦਾਵਤ ਸੀ ਅੱਲਾ ਤਾਲਾ ਕਬੂਲ ਕਰਨ ਤਾਂ ਇਹ ਦਿਲਾਂ ਤੋਂ ਬਗੈਰ ਕਦੇ ਨਹੀਂ।